ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਾਨ ਟਾਈਮਸ ਤੇ ਮੈਂ ਹਾਂ ਹਰਸ਼ਕੌਰ। ਗਨ ਕਲਚਰ ਤੇ ਨਾਲ ਹੀ ਜਿਹੜੇ ਲੋਕ ਗਨ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੁਣ ਪੰਜਾਬ ਪੁਲਿਸ ਤੇ ਨਾਲ ਹੀ ਪੰਜਾਬ ਸਰਕਾਰ ਹੁਣ ਸਟ੍ਰਿਕਟ ਐਕਸ਼ਨ ਲੈ ਰਹੀ ਹੈ। ਇੱਕ ਤੋਂ ਇੱਕ ਜਿਹੜੇ ਕਿ FIR ਦਰਜ ਕੀਤੇ ਜਾ ਰਹੇ ਨੇ ਉਹਨਾਂ ਲੋਕਾਂ ਵੱਲ ਜਿਨ੍ਹਾਂ ਵੱਲੋਂ ਜਿਹੜਾ ਕਿ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ। ਗੱਲ ਕੀਤੀ ਜਾਵੇ ਤਾਂ ਲਗਾਤਾਰ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕਾਂ ਵੱਲੋਂ ਗਨ ਨੂੰ ਲੈ ਕੇ ਅਸਲੇ ਨੂੰ ਲੈ ਕੇ ਵੀਡੀਓ ਬਣਾਈਆਂ ਜਾ ਰਹੀਆਂ, ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ, ਤਾਂ ਉਹਨਾਂ ਖਿਲਾਫ ਇੱਕ ਤੋਂ ਬਾਅਦ ਇੱਕ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ FIR ਦਰਜ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਕਿ ਕੁੱਲਰ ਪੀਜ਼ਾ ਵਾਲੇ ਵਾਇਰਲ ਕੱਪਰ ਆ ਜਿਹੜੇ ਉਹਨਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਵੀ FIR ਦਰਜ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਹੈ, ਵੀਡੀਓ ਪਟਿਆਲੇ ਦੀ ਹੈ, ਜਿੱਥੇ ਕਿ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਕੁੜੀ ਅਸਲਾ ਲੈ ਕੇ ਗੱਡੀ ਦੇ ਵਿੱਚੋਂ ਨਿਕਲ ਰਹੀ ਹੈ ਤੇ ਪੈਦਲ ਚੱਲ ਰਹੀ ਹੈ ਤਾਂ ਜੋ ਉਸਦੀ ਵੀਡੀਓ ਬਣ ਸਕੇ, ਕਿ ਵੀਡੀਓ ਬਣਾਉਣ ਲਈ ਕੁੜੀ ਨੇ ਕਿਸ ਤਰ੍ਹਾਂ ਅਸਲੇ ਨੂੰ ਲੈ ਕੇ ਇੱਕ ਤਰ੍ਹਾਂ ਫਲੌਂਟ ਕਰ ਰਹੀ ਹੈ। ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਸ ਕੁੜੀ ਤੇ ਵੀ FIR ਦਰਜ ਕਰ ਦਿੱਤੀ ਗਈ ਹੈ, ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ। ਪਰ ਨਾਲ ਹੀ ਦੱਸਦੀ ਹੈ ਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜਾ ਅਸਲਾ ਹੈ ਜਿਸ ਕੁੜੀ ਵੱਲੋਂ ਜਿਹੜਾ ਚੱਕਿਆ ਹੋਇਆ ਜਿਸ ਵੀਡੀਓ ਜਿਸ 'ਚ ਬਣ ਰਹੀ ਹੈ ਉਸਦੇ ਵਿੱਚ ਇਹ ਅਸਲਾ ਲਾਇਸੈਂਸ ਹੀ ਅਸਲਾ ਹੈ, ਅਤੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜਾ ਲਾਇਸੈਂਸ ਅਸਲਾ ਹੈ ਇਹ ਵੀ ਕਿਸੇ ਹੋਰ ਦਾ ਹੈ ਜਿਸ ਗੱਡੀ ਦੇ ਵਿੱਚੋਂ ਉਤਰ ਰਹੀ ਹੈ ਵੀਡੀਓ, ਜਿਸ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੇ ਵਿੱਚ ਉਹ ਵੀ ਜਿਹੜੀ ਗੱਡੀ ਹੈ ਉਹ ਵੀ ਕਿਸੇ ਹੋਰ ਦੀ ਆ। ਬਸ ਸਿਰਫ ਇੱਕ ਆਪਣੀ ਵੀਡੀਓ ਬਣਾਉਣ ਲਈ ਇਸ ਕੁੜੀ ਵੱਲੋਂ ਅਸਲਾ ਚੱਕਿਆ ਗਿਆ ਹੈ ਤਾਂ ਜੋ ਇਹ ਵੀਡੀਓ ਬਣਾ ਸਕੇ। ਤਾਂ ਗੱਲ ਕੀਤੀ ਜਾਵੇ ਤਾਂ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ 'ਤੇ ਜਿਸ 'ਚ ਲੋਕਾਂ ਵੱਲੋਂ ਅਸਲੇ ਚੱਕੇ ਜਾਂਦੇ ਨੇ, ਆਪਣੀ ਵੀਡੀਓਜ਼ ਬਣਾਉਣ ਲਈ ਫਲੌਂਟ ਕੀਤਾ ਜਾਂਦਾ, ਤਾਂ ਉਸਨੂੰ ਲੈ ਕੇ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਸਟ੍ਰਿਕਟ ਐਕਸ਼ਨ ਲਿੱਤੇ ਜਾ ਰਹੇ ਨੇ ਅਤੇ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਗੱਲ ਕੀਤੀ ਜਾਵੇ ਤਾਂ ਵਿਆਹਾਂ 'ਤੇ ਵੀ ਜਿਹੜੇ ਲੋਕ ਨੇ ਅਸਲੇ ਨਾਲ ਫਾਇਰ ਕੱਢਦੇ ਨੇ ਤਾਂ ਉਹਨਾਂ ਦੇ ਖਿਲਾਫ਼ ਵੀ ਹੁਣ ਪੁਲਿਸ ਵੱਲੋਂ ਲਗਾਤਾਰ FIR ਦਰਜ ਕੀਤੀ ਜਾ ਰਹੀ ਹੈ। ਅਤੇ ਹੁਣ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਗੈਂਗਸਟਰਵਾਦ ਜਿਹੜਾ ਵੱਧਦਾ ਜਾ ਰਿਹਾ, ਗਨ ਕਲਚਰ ਨੂੰ ਜਿਹੜਾ ਬੜਾਵਾ ਦਿੱਤਾ ਜਾ ਰਿਹਾ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਭੰਗ ਹੋ ਰਹੀ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਵੱਡਾ ਐਕਸ਼ਨ ਲਿੱਤਾ ਹੈ ਕਿ ਹੁਣ ਜੋ ਵੀ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਤੇ ਉਹ ਕਾਰਵਾਈ ਵੀ ਦਿਖਦੀ ਹੋਈ ਨਜ਼ਰ ਆ ਰਹੀ ਹੈ, ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ਼ FIR ਦਰਜ ਵੀ ਕੀਤੀ ਜਾ ਰਹੀ ਹੈ। ਇੱਕ ਤੋਂ ਬਾਅਦ ਇੱਕ FIR ਦਰਜ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅਤੇ ਆਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਪਟਿਆਲਾ ਦੀ ਹੈ ਵੀਡੀਓ, ਜਿਸ ਵਿੱਚ ਕੁੜੀ ਵੱਲੋਂ ਕਿਸ ਤਰ੍ਹਾਂ ਇੱਕ ਵੀਡੀਓ ਬਣਾਉਣ ਲਈ ਅਸਲੇ ਨੂੰ ਇਸਤੇਮਾਲ ਕੀਤਾ ਜਾਂਦਾ, ਅਸਲੇ ਨੂੰ ਫਲੌਂਟ ਕੀਤਾ ਜਾ ਰਿਹਾ, ਉਹ ਵੀਡੀਓ ਤੁਸੀਂ ਆਪ ਦੇਖੋ। ब्यूरो रिपोर्ट, लुधियाना टाइम।